ਇੱਕ ਤੇਜ਼ ਰਫ਼ਤਾਰ ਬੱਸ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇੱਕ ਨਿੱਜੀ ਬੱਸ ਦੋ ਮੋਟਰਸਾਈਕਲ ਸਵਾਰ ਬਜ਼ੁਰਗਾਂ ਤੇ ਜਾ ਚੜ੍ਹਦੀ ਹੈ ਤੇ ਮੋਟਰਸਾਈਕਲ ਬੱਸ ਦੇ ਟਾਇਰ ਦੇ ਥੱਲੇ ਆ ਜਾਂਦਾ ਹੈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋਵੇਂ ਬਜ਼ੁਰਗ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਲੋਕਾਂ ਵੱਲੋਂ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਵੱਲੋਂ ਬੱਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਭਿਆਨਕ ਸੜਕ ਹਾਦਸਾ ਬਰਨਾਲਾ ਤੋਂ ਸਾਹਮਣੇ ਆਇਆ, ਜਿੱਥੇ ਬਰਨਾਲਾ ਦੇ ਵਿੱਚ ਇੱਕ ਨਿੱਜੀ ਬੱਸ ਦੀ ਕੰਪਨੀ ਨੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਪਹਿਲਾਂ ਟੱਕਰ ਮਾਰੀ ਤੇ ਇਹ ਬੱਸ ਫਿਰ ਮੋਟਰਸਾਈਕਲ ਤੇ ਚੜ ਗਈ। ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ। ਘਟਨਾ ਤੋਂ ਬਾਅਦ ਬੱਸ ਦਾ ਕੰਡਕਟਰ ਅਤੇ ਬੱਸ ਦਾ ਡਰਾਈਵਰ ਮੌਕੇ ਤੋਂ ਭਾਜੂ ਨਿਕਲੇ। ਲੋਕਾਂ ਨੇ ਜ਼ਖਮੀ ਮੋਟਰਸਾਈਕਲ ਸਵਾਰਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਇੱਕ ਦੀ ਜ਼ਿਆਦਾ ਹਾਲਤ ਗੰਭੀਰ ਹੋਣ ਦੇ ਚਲਦੇ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਬੱਸ ਬਹੁਤ ਜ਼ਿਆਦਾ ਤੇਜ਼ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਹ ਤਾਂ ਆਰਬਿਟ ਬੱਸ ਆ ਰਹੀ ਸੀ ਬਹੁਤ ਤੇਜ਼, ਉਹ ਮੋਟਰਸਾਈਕਲ ਵਾਲੇ ਵੀ ਬੜੇ ਮਤਲਬ ਆਰਾਮ ਨਾਲ ਹੀ ਜਾ ਰਹੇ ਸੀ, ਉਹ ਬੱਸ ਉਹਨੇ ਮਤਲਬ ਉੱਤੇ ਚੜ੍ਹਾ ਤੀ ਉਹਨਾਂ ਦੇ, ਉਹ ਬੁਰੀ ਤਰ੍ਹਾਂ ਜ਼ਖਮੀ ਆ ਬੰਦੇ। ਉਹ ਬੰਦੇ ਅਸੀਂ ਹੁਣ ਚੱਕ ਲਿਆਂਦੇ ਆ ਹੋਸਪਿਟਲ, ਇਹ ਇੱਥੇ ਬਰਨਾਲਾ ਹੋਸਪਿਟਲ ਲੈ ਕੇ ਆਉਂਦੇ ਆ ਹੁਣੇ ਹੁਣੇ। ਕਹਿਣਾ ਤਾਂ ਹੁਣ ਇਹ ਹੈ, ਦੇਖੋ ਜੀ, ਕੁਛ ਤਾਂ ਲੋਕ ਵੀ ਗਲਤ ਹੈ, ਕਿਉਂਕਿ ਜਦੋਂ ਸ਼ਹਿਰ 'ਚੋਂ ਜਿਹੜੇ ਲੋਕ ਖੁੱਡੀ ਸੁਖਪੁਰਾ ਢਿੱਲਵਾਂ ਵਗੈਰਾ ਨੂੰ ਜਾਂਦੇ ਨੇ, ਉਹ ਆਪਣੇ ਖੱਬੇ ਹੋ ਕੇ ਫਾਟਕਾਂ ਦੇ ਕੋਲ ਦੀ ਸਹੀ ਰਾਹ ਨਹੀਂ ਮੁੜਦੇ। ਨੰਬਰ 2 'ਤੇ ਫਿਰ ਵੀ ਇਹ ਥੋੜ੍ਹਾ ਜਿਹਾ ਐਕਸੀਡੈਂਟ ਕਹਿ ਲਓ ਵੀ ਐਕਸੀਡੈਂਟ ਵਾਲੀ ਜਗ੍ਹਾ ਹੀ ਬਣ ਚੁੱਕੀ ਆ ਹੁਣ ਤਾਂ, ਕੋਈ ਨਾ ਕੋਈ ਰੋਜ਼ ਹੀ ਹਰ ਰੋਜ਼ ਇੱਥੇ ਖਤਰਨਾਕ ਐਕਸੀਡੈਂਟ ਹੁੰਦੇ। ਪ੍ਰਸ਼ਾਸਨ ਨੂੰ ਤਾਂ ਬੇਨਤੀ ਇਹੀ ਹੈ ਵੀ ਉਹ ਸਹੀ ਕੀਤਾ ਜਾਵੇ, ਕੋਈ ਮਤਲਬ ਇਹਦਾ ਕੋਈ ਹੱਲ ਕਰਿਆ ਜਾਵੇ ਥੱਲੇ ਦੀ, ਇਹਦਾ ਖੁੱਡੀ ਨੂੰ ਸਿੱਧਾ ਜੇ ਰਾਹ ਦਿੱਤਾ ਜਾਵੇ ਅੰਡਰ ਬ੍ਰਿਜ, ਉਹ ਬਸ ਸੌਖਾ ਹੋ ਜਾਵੇ ਕੰਮ ਸਭ ਨੂੰ। ਤਕਰੀਬਨ 10 ਵਜੇ ਅਸੀਂ ਦੁਕਾਨ 'ਤੇ ਖੜ੍ਹੇ ਸੀਗੇ, ਇੱਥੇ ਉੱਥੇ ਪੜੋਤ ਅਨੁਸਾਰ ਇੱਕ ਮੋਟਰਸਾਈਕਲ 'ਤੇ ਆ ਰਹੇ ਸੀ, ਨਗਰ ਦੀ ਬੱਸ ਨੇ ਸਾਈਡ 'ਤੇ ਮੇਰੇ ਉੱਤੇ ਚੜ੍ਹਾ ਤੇ ਫਸਦੇ ਹੋ, ਜ਼ਖਮੀ ਕਰਤੇ ਬੜੇ ਸਾਲ ਕਰਤਾ। ਮੌਕੇ 'ਤੇ ਕਨੈਕਟਰ ਅਤੇ ਡਰਾਈਵਰ ਤੋਂ ਫਰਾਰ ਹੋ ਗਏ, ਅਸੀਂ ਫੜਨ ਦੀ ਕੋਸ਼ਿਸ਼ ਕੀਤੀ, ਡਰਾਈਵਰ ਨੂੰ ਭੱਜ ਗਿਆ, ਡਰਾਈਵਰ ਦੀ ਚਾਬੀ ਕੱਢ ਕੇ ਅਸੀਂ ਦੁਕਾਨ ਨੂੰ ਫੜਾ ਤੀ, ਬੱਸ ਉੱਥੇ ਖੜ੍ਹੀ ਹੈ ਮੌਜੂਦ ਆ। ਉੱਥੇ ਪੁਲ ਬਹੁਤ ਖਤਰਨਾਕ ਆ, ਐਕਸੀਡੈਂਟ ਵਗੈਰਾ ਬਹੁਤ ਹੁੰਦੇ ਨੇ ਵੀ ਜੀ ਉੱਥੇ, ਵੀ ਜੀ 2 ਬੰਦੇ ਜ਼ਖਮੀ ਨੇ, ਇੱਕ ਹਾਲਤ ਬਹੁਤ ਗੰਭੀਰ ਆ, ਇੱਕ ਸਹੀ ਹੈ ਬੰਦਾ ਜੀ, ਅਤੇ ਅਸੀਂ ਸਰਕਾਰੀ ਹਸਪਤਾਲ ਬਰਨਾਲਾ ਜੀ ਤੋਂ ਉੱਥੇ ਦਾਖਲ ਕਰਵਾ। ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਕਿ ਉਸ ਪੁਲ ਦਾ ਕੋਈ ਨਾ ਹੱਲ ਕੀਤਾ ਜਾਵੇ, ਉੱਥੇ ਮਹੀਨੇ ਵਿੱਚ ਤਕਰੀਬਨ 2-3 ਐਕਸੀਡੈਂਟ ਵਗੈਰਾ ਹੁੰਦੀ ਹੁੰਦੀ ਨੇ। ਅਤੇ ਆਪਣੇ ਕੋਲ 2 ਵਿਅਕਤੀ ਆਏ ਨੇ ਜੀ, ਇੱਕ ਜਗਸੀਰ ਸਿੰਘ ਹੈਗਾ, ਇੱਕ ਬੂਟਾ ਸਿੰਘ, ਅਤੇ ਇਹ ਦੋਨੇ ਐਕਸੀਡੈਂਟ ਕੇਸ ਹੈਗਾ, ਕੋਈ ਬੱਸ ਦੇ ਮਤਲਬ ਨਾਲ ਕੋਈ ਟੱਕਰ ਹੋਈ ਆ। ਉਸ ਤੋਂ ਬਾਅਦ ਇਹਨਾਂ ਦੇ ਇੱਕ ਪੇਸ਼ੈਂਟ ਜਿਹੜਾ ਬੂਟਾ ਸਿੰਘ ਆ, ਉਹਦੇ ਤਾਂ ਰਾਈਟ ਲੈਗ ਦੇ ਵਿੱਚ ਫ੍ਰੈਕਚਰ ਹੈਗਾ, ਅਤੇ ਜਿਹੜੇ ਸੈਕਿੰਡ ਆਪਣੇ ਕੋਲ ਜਗਸੀਰ ਸਿੰਘ ਹੈਗੇ, ਇਹਨਾਂ ਦੇ ਇੱਕ ਹੈੱਡ ਇੰਜਰੀ ਆ, ਇੱਕ ਕੰਨ ਦੇ ਵਿੱਚੋਂ ਖੂਨ ਆ ਰਿਹਾ ਅਤੇ ਇੱਕ ਰਿਬ ਫ੍ਰੈਕਚਰ ਦੀ ਸੰਭਾਵਨਾ ਹੈਗੀ। ਇਸ ਕਾਰਨ ਕਰਕੇ ਉਹਨਾਂ ਦੀ ਹਾਲਤ ਜ਼ਿਆਦਾ ਸੀਰੀਅਸ ਨੂੰ ਦੇਖਦੇ ਹੋਏ ਇਹਨਾਂ ਨੂੰ ਆਪਾਂ ਨੂੰ ਫਰੀਦਕੋਟ ਰੈਫਰ ਕਰਨਾ ਪਊਗਾ ਜੀ। ਨਹੀਂ, ਇੱਕ ਨੂੰ ਕਰਨਾ ਪਊਗਾ ਜੀ। ਬੂਟਾ ਸਿੰਘ ਦੇ ਤਾਂ ਉੱਪਰ ਮਤਲਬ ਓਨਲੀ ਲੈਗ ਦਾ ਹੀ ਫ੍ਰੈਕਚਰ ਹੈਗਾ, ਬਾਕੀ ਦਾ ਸਾਰਾ ਕੁਛ ਠੀਕ ਹੈਗਾ, ਤਾਂ ਉਹਨੂੰ ਤਾਂ ਆਪਾਂ ਇੱਥੇ ਮੈਨੇਜ ਕਰ ਲਾਂਗੇ ਜੀ। ਸਾਨੂੰ ਇੱਕ ਜਿੰਚਾਰ ਸਾਹਿਬ ਦਾ ਫੋਨ ਆਇਆ ਸੀਗਾ ਕਿ ਇੱਕ ਬੱਸ ਦਾ ਅਤੇ ਇੱਕ ਮੋਟਰਸਾਈਕਲ ਐਕਸੀਡੈਂਟ ਹੋਇਆ, ਜਿਹਦੇ ਵਿੱਚ ਅਸੀਂ ਮੌਕੇ 'ਤੇ ਗਏ ਸੀਗੇ, ਤਾਂ 2 ਬਜ਼ੁਰਗ ਉਹਦੇ ਵਿੱਚ ਜਿਹੜੇ ਹੈਗੇ ਆ ਮੋਟਰਸਾਈਕਲ ਵਾਲੇ ਜ਼ਖਮੀ ਹੋਏ ਆ, ਜਿਨ੍ਹਾਂ ਨੂੰ ਅਸੀਂ ਹੋਸਪਿਟਲ ਪਹੁੰਚਾਇਆ। ਇੱਕ ਦੇ ਗੰਭੀਰ ਸੱਟਾਂ ਹੋਣ ਕਰਕੇ ਉਹਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਅਤੇ ਬੱਸ ਦੇ ਡਰਾਈਵਰ ਕੰਡਕਟਰ ਜਿਹੜੇ ਮੌਕੇ ਤੋਂ ਭੱਜ ਗਏ ਸੀਗੇ, ਅਤੇ ਬੱਸ ਨੂੰ ਅਸੀਂ ਕਬਜ਼ੇ 'ਚ ਲੈ ਲਿਆ।
ਜਿਹੜੀ ਫਰਦਰ ਕਾਰਵਾਈ ਆ ਉਹ ਅਸੀਂ ਅੱਗੇ ਅਮਲ 'ਚ ਲਿਆ ਰਹੇ। ਨਹੀਂ ਅਜੇ ਤੱਕ ਫਿਲਹਾਲ ਮੁੱਢਲੀ ਜਾਂਚ ਹੈ, ਅਜੇ ਕੋਈ ਮਾਮਲਾ ਦਰਜ ਨਹੀਂ ਹੋਇਆ ਅਤੇ ਜਿਹੜੀ ਅੱਗੇ ਜਾਂਚ ਦੇ ਵਿੱਚ ਕਾਰਵਾਈ ਬਣੂਗੀ ਉਹ ਅਸੀਂ ਮੌਕੇ 'ਤੇ ਕਰਦੇ ਹਾਂ। ਫਿਲਹਾਲ ਅਜੇ ਕਿਸੇ ਨੇ ਕੋਈ ਬਿਆਨ ਨਹੀਂ ਲਿਖਾਇਆ, ਜਦੋਂ ਕੋਈ ਸਾਡੇ ਕੋਲ ਕੋਈ ਸਟੇਟਮੈਂਟ ਹੋਊਗੀ ਜਿਵੇਂ ਡਾਕਟਰੀ ਰੁਕਾ ਆਊਗਾ ਉਹਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਹੋਊਗੀ ਅਸੀਂ ਅਮਲ 'ਚ ਲਿਆਵਾਂਗੇ।